ਅੱਜ ਮੈਨੇ ਸ਼ਾਮ ਨੂੰ ਟੈਲੀਵਿਵ ਜਾਣਾ ਸੀ, ਜਿੱਥੇ ਡੈਲੀਗੇਸ਼ਨ ਜਾ ਰਿਹਾ ਸੀ ਇਜ਼ਰਾਈਲੀ ਗਵਰਨਮੈਂਟ ਦੇ ਨਾਲ ਕੁਝ ਐਮਓਯੂਜ਼ ਵਗੈਰਾ ਸਾਈਨ ਕਰਨੇ ਸੀ ਅਸੀਂ, ਉਹ ਮੈਨੇ ਪੋਸਟਪੋਨ ਕਰ ਦਿੱਤਾ ਹੈ। ਔਰ ਮੈਂ ਕੱਲ੍ਹ ਸਵੇਰੇ ਜਾ ਰਿਹਾ ਅੰਮ੍ਰਿਤਸਰ, ਜਿੱਥੇ ਇਹ ਹਾਦਸਾ ਹੋਇਆ, ਜਿੱਥੇ ਇੰਨੇ ਲੋਕ, ਅੱਜ ਇਹ ਵੀ ਨਹੀਂ ਪਤਾ ਸਾਨੂੰ ਕਿ ਕਿੰਨੇ ਲੋਕ ਨੇ ਜੋ ਇਸ ਰੇਲ ਹਾਦਸੇ ਦੇ ਵਿੱਚ ਉਹਨਾਂ ਨੂੰ ਜਾਂ ਤਾਂ ਮੌਤ ਹੋਈ ਹੈ ਉਹਨਾਂ ਦੀ, ਜਾਂ ਉਹਨਾਂ ਜ਼ਖਮੀ ਹੋਏ ਨੇ। ਅਸੀਂ ਪੰਜਾਬ ਸਰਕਾਰ ਨੇ ਨੂੰ ਮੈਂ ਪੂਰਾ ਤੈਨਾਤ ਕੀਤਾ ਹੋਇਆ, ਔਰ ਮੈਂ ਕਿਹਾ ਹੋਇਆ ਕਿ ਜਿੰਨੇ ਵੀ ਸਾਨੂੰ ਹੋਸਪਿਟਲ ਨੇ ਉੱਥੇ ਕਮਰੇ ਬੁੱਕ ਕਰੋ, ਉੱਥੇ ਬੰਦਿਆਂ ਨੂੰ ਲੈ ਕੇ ਜਾਓ, ਜੋ ਉਹਨਾਂ ਦਾ ਖਰਚਾ ਹੋਏਗਾ ਪੰਜਾਬ ਸਰਕਾਰ ਕਰੇਗੀ, ਜਿਨ੍ਹਾਂ ਵਿਚਾਰੇ ਬੰਦਿਆਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦੇਖਭਾਲ ਕਰਾਂਗੇ। ਕੋਈ ਅਸੀਂ ਇਹੋ ਜਿਹੀ ਗੱਲ ਛੱਡਣੀ ਨਹੀਂ ਜਿਹਦੇ ਨਾਲ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਜਿੰਨੀ ਵੀ ਇਸ ਦੁਰਘਟਨਾ ਜਿਹੜੀ ਹੋਈ ਹੈ ਉਹਨਾਂ ਨੂੰ ਦੁੱਖ ਪਹੁੰਚਿਆ, ਉਹਨਾਂ ਨੂੰ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਪੂਰੀ ਹਮਦਰਦੀ ਉਹਨਾਂ ਨਾਲ ਹੈ, ਔਰ ਮੈਂ ਇਹ ਪੋਸਟਪੋਨ ਕਰਕੇ ਸਵੇਰੇ ਜਾ ਰਿਹਾ ਅੰਮ੍ਰਿਤਸਰ, ਤਾਂ ਕਿ ਮੈਂ ਸਾਰਿਆਂ ਨੂੰ ਉੱਥੇ ਆਪ ਮਿਲ ਸਕਾਂ ਔਰ ਦੇਖ ਸਕਾਂ ਕਿ ਹੋਰ ਕੀ ਅਸੀਂ ਕਰ ਸਕਦੇ ਹਾਂ ਉਹਨਾਂ ਪਰਿਵਾਰਾਂ ਵਾਸਤੇ।